ਤੈ ਲੋ ਜੀ ਅੱਜ ਦਿਨ ਹੈਗਾ ਕਿੰਨਾ ਕਿਹੜੀ ਫਰਵਰੀ ਜੀ ਤੇਰੀ ਫਰਵਰੀ ਅੱਜ ਕਿੰਨੀ ਤਰੀਕਾ 22 ਫਰਵਰੀ ਆ ਮੇਰੇ ਖਿਆਲ ਨਾਲ ਹਾਂ ਨਾ 22 ਆ ਦੇਖਿਆ ਦੱਸ ਰੋਕੋ ਜਮੇ ਤੇ ਨਹੀ ਅੱਜ 22 ਫਰਵਰੀ ਦਿਨ ਸੋਮਵਾਰ ਤੇ ਅੱਜ ਅਸੀਂ ਪਹਿਲੇ ਦਿਨ ਪੱਖਾ ਜਿਹੜਾ ਹੈ ਚਲਾ ਲਿਆ ਗਰਮੀਆਂ ਕਿਉਂਕਿ ਆ ਰਹੀਆਂ ਆ ਤੇ ਦੇਖੋ ਕਮਰੇ ਦਾ 뷰 ਕਿੰਨਾ ਵਧੀਆ ਆ ਰਿਹਾ ਨਾਈਟ ਲੈਂਪ ਅਸੀਂ ਜਿਹੜਾ ਆ ਮਜੈਂਟਾ ਜਿਗਾ ਹੈ ਜਿਗਾ ਹੈ ਪਰਪਲ ਸੀ ਪਗਣੀ ਮਜੈਂਟਾ ਕਿਉਂ ਦੇ ਕਰਿਆ ਹੈ ਫੋਨ ਦੇ ਵਿੱਚ ਤੇ ਦੇਖੋ ਵਧੀਆ ਲੱਗ ਰਿਹਾ ਨਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਪੱਕਾ ਚੰਦਿਆ ਦੱਸੋ ਬਹੁਤ ਹੀ ਹੌਟ ਫੀਲ ਹੋ ਰਿਹਾ ਜੀ ਬੰਦਗਲ ਹੋ ਰਿਹਾ ਹੌਟ ਫੀਲ ਹੋ ਰਿਹਾ ਕਿ ਠੰਡਾ ਠੰਡਾ ਕੋਲਕੁਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਭ ਵਧੀਆ ਹੋਵੋ ਹੋਮ ਹੋਗੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਣ ਜਾ ਰਹੀ ਆ ਸਵੇਰ ਦੇ 11:30 ਵਜੇ ਤੋਂ 11:30 ਹੋਣ ਨੂੰ ਹਜੇ 3 ਮਿੰਟ ਪਏ ਆ ਤੇ ਅੱਜ ਦਿਨ ਹੈਗਾ ਸੋਮਵਾਰ ਤੇ 22 ਤਰੀਕ ਆ ਤੇ ਮੈਂ ਲਾਸਟ ਵਲੌਗ ਜਿਹੜਾ ਮੇਬੀ ਫ੍ਰਾਈਡੇ ਨੂੰ ਕੀਤਾ ਸੀ ਸ਼ੂਟ ਜਦੋਂ ਮੈਂ ਛੱਤ ਤੇ ਕੱਪੜੇ ਧੋਰੀ ਸੀ ਤੇ ਉਸ ਤੋਂ ਬਾਅਦ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਨਹੀਂ ਮੈਂ ਐਡਿਟ ਕੀਤਾ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਬਸੰਤ ਪੰਚਮੀ ਵਾਲਾ ਐਡਿਟ ਕਰੂੰਗੀ ਉਹ ਮੈਂ ਮੇਬੀ ਅੱਜ ਵੀ ਅੱਜ ਮਤਲਬ ਅੱਜ ਸ਼ਾਮ ਨੂੰ ਐਡਿਟ ਕਰਕੇ ਛਾੜ ਦੂੰਗੀ ਤੇ ਇਹ ਵਾਲਾ ਫਿਰ ਉਸ ਤੋਂ ਬਾਅਦ ਛਾੜੂੰਗੀ ਕਿਉਂਕਿ ਫਿਰ ਜੇ ਉਹ ਪੇਅ ਰਹਿ ਗਿਆ ਤਾਂ ਪੇਅ ਹੀ ਰਹਿ ਜਾਣਾ ਆ ਨਹੀਂ ਤਾਂ ਫਿਰ ਜੇ ਮੇਰਾ ਮਨ ਨਾ ਕੀਤਾ ਤੇ ਫਿਰ ਮੈਂ ਡਿਲੀਟ ਕਰ ਦੂੰਗੀ ਤੇ ਨੈਕਸਟ ਵਲੌਗ ਅੱਗੇ ਤੋਂ ਅਗੇ ਇਦਾਂ ਹੀ ਚੱਲੀ ਜਾਊਗੇ ਤੇ ਕੱਲ ਮੈਂ ਵਲੌਗ ਕਰਨ ਦਾ ਸੋਚਿਆ ਸੀ ਸੰਡੇ ਸੀ ਪਰ ਕੱਲ ਮੈਂ ਨਹੀਂ ਕੀਤਾ ਕਿਉਂਕਿ ਕੱਲ ਅਸੀਂ ਬਹੁਤ ਜ਼ਿਆਦਾ ਕੀਤੀਆਂ ਸੈਟਿੰਗਾਂ ਚੇਂਜ ਤੁਹਾਨੂੰ ਪਤਾ ਮੈਂ نیچے ਸਿਲਾਈ ਕਰਦੀ ਆ ਤੇ ਹੁਣ ਪਹਿਲਾਂ ਮੈਂ ਕੀ ਹੁੰਦਾ ਸੀ ਮਸ਼ੀਨ ਬਾਹਰ ਕੱਢ ਲੈਂਦੀ ਹੁੰਦੀ ਸੀ ਤੇ ਉੱਥੇ ਧੁੱਪ ਵੀ ਆ ਜਾਂਦੀ ਹੁੰਦੀ ਸੀ ਤੇ ਵਧੀਆ ਸਿਲਾਈ ਵੀ ਹੋ ਜਾਂਦੀ ਸੀ ਤੇ ਜਿੰਨੇ ਵੀ ਆ ਕੇ ਬਹਿਣਾ ਹੁੰਦਾ ਸੀ ਬਾਹਰ ਬੈਠ ਜਾਂਦਾ ਹੁੰਦਾ ਸੀ ਪਰ ਹੁਣ ਗਰਮੀ ਆ ਰਹੀ ਆ ਤੇ ਕਿਸੇ ਨੂੰ ਬਾਹਰ ਵੀ ਨਹੀਂ ਬਿਠਾ ਸਕਦੇ ਤੇ ਆਪ ਵੀ ਨਹੀਂ ਬਹਿ ਸਕਦੇ ਕਿਉਂਕਿ ਪੱਖੇ ਦੀ ਤਾਂ ਹੁਣ ਜ਼ਰੂਰਤ ਪੈਣੀ ਹੋਈ ਪੈਣੀ ਆ ਹਣਾ ਤੇ ਬਾਹਰ ਇੱਕ ਮੱਖੀਆਂ ਮੱਛਰ ਵੀ ਬਹੁਤ ਆ ਸੋ ਬਾਹਰ ਮੈਂ ਬਾਹਰ ਇੰਦਾ ਸੈਂਸ ਕਿ ਗੇਟ ਦੇ ਅੰਦਰ ਮਤਲਬ ਬਿਲਕੁਲ ਸੜਕ ਤੇ ਨਹੀਂ ਗੇਟ ਦੇ ਅੰਦਰ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਿਹੜੀ ਜਗ੍ਹਾ ਉੱਥੇ ਬੈਹ ਜਾਂਦੀ ਹੁੰਦੀ ਸੀ ਪਰ ਮੈਂ ਹੁਣ ਜਿਹੜਾ ਹੈ ਅੰਦਰ ਸਾਰਾ ਸ਼ਿਫਟ ਕੀਤਾ ਹੈ ਸਮਾਨ ਸੋ ਜਿੱਥੇ ਪੇਟੀ ਵਗੈਰਾ ਸੀ ਤੁਸੀਂ ਆਈ ਹੋਪ ਤੁਸੀਂ ਪਹਿਲਾਂ ਦੇਖਿਆ ਹੋਣਾ ਨੀਚੇ ਵਾਲਾ ਹਨਾ ਤੁਹਾਨੂੰ ਮੈਂ ਦਿਖਾਇਆ ਸੀ ਨੀਚੇ ਦਾ ਪੋਰਸ਼ਨ ਤੇ ਕੱਲ ਸਾਰੀ ਸਫਾਈ ਕੀਤੀ ਕੱਲ ਸਾਰੀ ਸੈਟਿੰਗ ਕੀਤੀ ਤੇ ਅਸੀਂ ਮਾਰਨਿੰਗ ਦੇ ਲੱਗੇ ਹੋਏ ਸੀ ਮਤਲਬ ਮਾਰਨਿੰਗ ਅਸੀਂ ਉੱਠ ਕੇ ਸਿਰਫ ਬ੍ਰਸ਼ ਕਰਕੇ ਕਰ ਲਿਆ ਸੀ ਬ੍ਰੈਕਫਾਸਟ ਕਰ ਲਿਆ ਸੀ ਬ੍ਰੈਡ ਖਾ ਲਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਬਸ ਘੰਟਾ ਕੁ ਲੱਗਣਾ ਤੇ ਅਸੀਂ ਫ੍ਰੀ ਹੋ ਜਾਵਾਂਗੇ 11:00 ਵਜੇ ਤੱਕ ਅਸੀਂ ਜਿਹੜਾ ਬ੍ਰੇਕਫਾਸਟ ਵਧੀਆ ਕਰ ਲਵਾਂਗੇ ਪਰੌਂਠੇ ਵਗੈਰਾ ਤੇ ਹੋਇਆ ਇਦਾਂ ਕਿ ਅਸੀਂ ਪਹਿਲਾਂ ਇਹ نیچے ਅਸੀਂ ਸੋਚਿਆ ਚਲੋ ਸੈਟਿੰਗ ਕਰਦੇ ਫਿਰ ਸੈਟਿੰਗ ਕਰਦੇ ਕਰਦੇ ਇਹ ਸੋਚਿਆ ਕਿ ਚਲੋ ਡੀਪ ਕਲੀਨਿੰਗ ਵੀ ਕਰ ਹੀ ਲੈਨੇ ਆ ਕਿਉਂਕਿ ਜਦੋਂ ਸਮਾਨ ਇੱਧਰ ਤੋਂ ਉੱਧਰ ਸ਼ਿਫਟ ਕਰਨਾ ਹੁੰਦਾ ਨਾ ਬਹੁਤ ਜ਼ਿਆਦਾ ਖਲਾਰਾ ਹੁੰਦਾ ਮਿੱਟੀ ਵਗੈਰਾ ਹੁੰਦੀ ਕਿਉਂਕਿ ਪੇਟੀਆਂ ਥੱਲੇ ਜਦੋਂ ਪੇਟੀਆਂ ਨੂੰ ਸ਼ਿਫਟ ਕਰੋ ਪਿੱਛੇੋਂ ਜਾਲੇ ਵਗੈਰਾ ਬਹੁਤ ਹੁੰਦੇ ਹਨਾ ਤੇ ਫਿਰ ਨੀਚੇ ਵਾਲਾ ਵਾਸ਼ਰੂਮ ਦੇ ਵਿੱਚ ਜਿਹੜਾ ਜਦੋਂ ਅਸੀਂ ਸ਼ਿਫਟ ਹੋਏ ਸੀ ਉਦੋਂ ਦਾ ਪੇਂਟ ਦਾ ਸਮਾਨ ਜੋ ਵੀ ਸੀ ਬਚਿਆ ਟਾਈਲਾਂ ਪੱਥਰ ਸਭ ਕੁਝ ਰੱਖਿਆ ਪਿਆ ਸੀ ਤੇ ਨੀਚੇ ਵਾਲਾ ਬਾਥਰੂਮ ਅਸੀਂ ਯੂਜ਼ ਨਹੀਂ ਕਰਦੇ ਹੁੰਦੇ ਸੀ ਤਾਂ ਕਰਕੇ ਫਿਰ ਉਹ ਵੀ ਇਦਾਂ ਹੀ ਪਿਆ ਸੀ ਸੋ ਸਫਾਈ ਜੇ ਤੁਹਾਨੂੰ ਪਤਾ ਇੱਕ ਵਾਰ ਕਰਨ ਲੱਗ ਜਾਓ ਫੇ ਹੁੰਦਾ ਆ ਵੀ ਕਰ ਲੋ ਉਹ ਵੀ ਕਰ ਲੋ ਤਾ ਕਰਕੇ ਫਿਰ ਅਸੀਂ ਨੀਚੇ ਵਾਲਾ ਵਾਸ਼ਰੂਮ ਵੀ ਜਿਹੜਾ ਆ ਉਹ ਸਾਫ ਕੀਤਾ ਕਿਉਂਕਿ ਜਦੋਂ ਮੈਂ ਯੂਜ਼ ਕਰਨਾ ਹੁੰਦਾ ਸੀ ਮੈਨੂੰ ਛਾਤੇ ਜਾਣਾ ਪੈਂਦਾ ਸੀ ਤੇ ਕਦੀ ਕਦੀ ਤਾਂ ਇਦਾਂ ਹੁੰਦਾ ਸੀ ਦਿਹਾੜੀ 'ਚ ਮੇਰੇ ਪੱਚੀ 30 ਗਿਹੜੇ ਹੀ ਲੱਗ ਜਾਂਦੇ ਹੁੰਦੇ ਸੀ ਉੱਪਰ-ਨੀਚੇ ਉੱਪਰ-ਨੀਚੇ ਹੋਣਦੇ ਹਨ ਤੇ ਹੈਂਡ ਵੋਇਸ ਚਲੋ ਸਭ ਤੋਂ ਜ਼ਿਆਦਾ ਇਹ ਵੀ ਨਹੀਂ ਬੰਦਾ ਵਾਸ਼ਰੂਮ ਤਾਂ ਛਾਤੇ ਜਾ ਜਾਂਦਾ ਕਈ ਵਾਰ ਕੀ ਹੁੰਦਾ ਸੀ ਕਟਿੰਗ ਕਰਨੀ ਉਸ ਤੋਂ ਬਾਅਦ ਚੌਕ ਨਾ ਹੱਥ ਲਿੱਭੜ ਜਾਂਦੇ ਜਾਂ ਝਾੜੂ ਪੋਚਾ ਕਰਨਾ ਫਿਰ ਹੱਥ ਲਿੱਭੜ ਜਾਂਦੇ ਤੇ ਹੱਥ ਧੋਂ ਦੀ ਬਹੁਤ ਔਖਾ ਹੁੰਦਾ ਹੁੰਦਾ ਸੀ ਤੇ ਵਾਸ਼ਰੂਮ ਦੇ ਅੰਦਰ ਮੈਂ ਜਾਂ ਕਿਉਂਕਿ ਇੰਨਾ ਸਮਾਨ ਪਿਆ ਕੋਈ ਨਹੀਂ ਪਤਾ ਹੁੰਦਾ ਵਿੱਚੋਂ ਕੁਝ ਵੀ ਨਿਕਲ ਸਕਦਾ ਹਨਾ ਤੇ ਮੈਂ ਜਦੋਂ ਦੇ ਮਤਲਬ ਇੱਥੇ ਸ਼ਿਫਟ ਹੋਇਆ ਮੈਂ ਕਦੀ ਇਸ ਬਾਥਰੂਮ ਦੇ ਅੰਦਰ ਵੜ ਕੇ ਵੀ ਨਹੀਂ ਦੇਖਿਆ ਸੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੰਦਰ ਕੀ ਕੀ ਪਿਆ ਆ ਤੇ ਤਾਂ ਕਰਕੇ ਫਿਰ ਜਦੋਂ ਬਾਥਰੂਮ ਦੀ ਸੈਟਿੰਗ ਕਰਨ ਲੱਗੇ ਤੇ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਸਾਨੂੰ ਸਫਾਈ ਕਰਦੇ ਕਰਦੇ 2:3 3 ਵਜ ਗਏ ਤੇ ਫਿਰ ਕੀ ਵਲੌਗ ਸ਼ੂਟ ਕਰਨਾ ਸੀ ਫਿਰ ਤਾਂ ਇੰਨੀ ਬਸ ਹੋਈ ਪਈ ਸੀ ਬਸ ਡਿਗਨ ਨੂੰ ਥਾਂ ਚਾਹੀਦੀ ਸੀ ਪਰ ਫਿਰ ਸਫਾਈ ਕਰਕੇ ਛੱਤ ਤੇ ਜਾ ਕੇ ਅਸੀਂ ਨਾ ਆਟਾ ਫਿਰ ਅਸੀਂ ਪਰੌਂਠੇ ਵਗੈਰਾ ਸ਼ਕੇ ਤੇ ਕੱਲ ਮੈਂ ਬਣਾਏ ਪਨੀਰ ਦੇ ਪਰੌਂਠੇ ਤੇ ਉਹ ਖਾ ਕੇ ਚਾਹੂ ਪੀ ਕੇ ਫਿਰ ਥੋੜੀ ਦੇ ਰੈਸਟ ਕੀਤੀ ਫਿਰ ਤੁਹਾਨੂੰ ਪਤਾ ਅਸੀਂ ਪੰਜਾਬੀ ਹੁੰਨੇ ਆ ਚਾਹ ਪੀ ਕੇ ਤਾਂ ਉਹਦਾ ਹੀ ਕੈਮ ਹੋ ਜੀਦਾ ਮਤਲਬ ਬੰਦੇ ਦਾ ਸਿਰ ਵੀ ਦੋਦਾ ਉਹ ਵਿੱਚ ਆ ਪੀਏ ਸਾਡੀ ਦਵਾਈ ਚਾਹ ਹੀ ਆ ਸਿਰ ਵੀ ਦਰਦ ਠੀਕ ਹੋ ਜਾਂਦਾ ਤੇ ਤਾਂ ਕਰਕੇ ਫਿਰ ਸ਼ਾਮ ਨੂੰ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਸ਼ਾਮ ਅਸੀਂ ਥੋੜੇ ਟਾਈਮ ਛੱਤ ਤੇ ਬੈਠੇ ਟਾਈਜ਼ਨ ਦਾ ਫੋਟੋ ਸ਼ੂਟ ਕੀਤਾ ਗੰਨੇ ਵਗੈਰਾ ਚੂਪੇ ਖਾਦੇ ਚੂਪੇ ਚੂਪੇ ਹੀ ਕਹਿੰਦੇ ਸਾਡੇ ਤਾਂ ਪੰਜਾਬੀ ਚ ਪਤਾ ਨਹੀਂ ਕੀ ਕਹਿੰਦੇ ਹੋਊਗੇ ਅਸੀਂ ਤਾਂ ਇਹੀ ਕਹਿੰਦੇ ਗੰਨੇ ਚੂਪੇ ਤੇ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਅਸੀਂ ਸੌਂ ਗਏ ਤੇ ਜਦੋਂ ਪਤਾ ਫਿਰ ਵਲੌਗ ਸ਼ੂਟ ਨਾ ਮਤਲਬ ਸ਼ੁਰੂ ਨਾ ਕੀਤਾ ਹੋਵੇ ਫਿਰ ਸ਼ੁਰੂ ਨਹੀਂ ਕਰ ਹੁੰਦਾ ਤੇ ਫਿਰ ਮੈਂ نیچے ਆ ਗਈ ਸੀ ਜਿਹੜੇ ਮੈਂ ਮਤਲਬ ਸ਼ਾਮ ਨੂੰ ਤੇ ਸ਼ਾਮ ਨੂੰ ਮੈਂ ਅੱਧਾ ਘੰਟਾ نیچے ਉਹ ਕਰਕੇ ਗਈਆਂ ਕੱਪੜੇ ਪ੍ਰੈਸ ਵਗੈਰਾ ਜਿਹਨਾਂ ਦੇ ਅੱਜ ਕੱਪੜੇ ਦੇਣੇ ਸੀ ਉਹ ਪ੍ਰੈਸ ਕਰਕੇ ਸਾਰੇ ਤਹਾਂ ਲਗਾ ਕੇ ਗਈ ਕਿਉਂਕਿ ਸिलाई ਕਰਕੇ ਤੁਰਪਾਈ ਕਰਨ ਨੂੰ ਮੈਂ ਭੇਜ ਦਿੰਨੀ ਆ ਤੇ ਫਿਰ ਜਿਹੜੀ ਮੇਰੀ ਬਾਅਦ ਦੀ ਟੈਨਸ਼ਨ ਰਹਿ ਜਾਂਦੀ ਆ ਸਿਲਾਈ ਕਰਨ ਤੋਂ ਬਾਅਦ ਅੜੀ ਕਿ ਤਰੀਜਾਂ ਬਣਾ ਕੇ ਰੱਖ ਦੋ ਫਿਰ ਜਦੋਂ ਮਤਲਬ ਗਾਹ ਕਾਵੇ ਨਾ ਆਵੇ ਜਦੋਂ ਵੀ ਆਵੇ ਤੇ ਉਹ ਆਪਣੇ ਕੱਪੜੇ ਲੈ ਕੇ ਜਾ ਸਕਦਾ ਸੋ ਕੰਮ ਜਿਹੜਾ ਪੂਰਾ ਕਰਕੇ ਰੱਖਿਆ ਹੋਵੇ ਉਹੀ ਹੁੰਦਾ ਹੁਣ ਵੀ ਜਿਹੜੇ ਆ ਮੈਂ 2-3 ਕੱਪੜਿਆਂ ਦੀ ਕਟਿੰਗ ਕੱਪੜਿਆਂ ਦੀ 2-3 ਸੂਟਾਂ ਦੀ ਕਟਿੰਗ ਕਰਨੀ ਕਿਉਂਕਿ ਮੈਂ ਸੋਚਿਆ ਕਿ ਅੱਜ ਸਿਰਫ ਮੈਂ ਦੋ ਹੀ ਸੂਟ ਸੀਨੇ ਕਿਉਂਕਿ ਜੇ ਜ਼ਿਆਦਾ ਥਕਾਵਟ ਹੋ ਗਈ ਫਿਰ ਕੱਲ ਦੀ ਵੀ ਥੱਕੀ ਹੋਆ ਤੇ ਬੁਰਾ ਹਾਲ ਹੋ ਜਾਊਗਾ ਤੇ ਚਲੋ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਕੀ ਸੈਟਿੰਗਾਂ ਚੇਂਜ ਕੀਤੀਆਂ ਬਾਰਤੋਂ ਸ਼ੁਰੂ ਕਰਦੀ ਆ ਮੈਂ ਤੁਹਾਨੂੰ ਇਹ ਵੀ ਦਿਖਾਉਣੀ ਆ ਕਿ ਮੈਂ ਬਾਹਰ ਕਿੱਥੇ ਮਸ਼ੀਨ ਲਗਾਉਂਦੀ ਹੁੰਦੀ ਸੀ ਆ ਸਾਡੇ ਗੇਟ ਦੇ ਅੰਦਰ ਵਾਲਾ ਪੋਰਸ਼ਨ ਆ ਤੇ ਆਹ ਬੂਟੇ ਮੈਂ ਕੱਲ ਲਗਵਾਏ ਸੀ ਗਮਲਿਆਂ 'ਚ ਜਿਹੜੇ ਇਹ ਵਾਲੇ ਬੂਟੇ ਸੀ ਸੁੱਕ ਗਏ ਸੀ ਤੇ ਕੱਲ ਅੰਕਲ ਗਲੀ 'ਚ ਆਇਆ ਸੀ ਉਹਦੇ ਕੋਲ ਲਗਾਏ ਤੇ ਇੱਥੇ ਇਹ ਪਲੱਗ ਸੀਗਾ ਤੇ ਮੈਂ ਇੱਥੇ ਮਸ਼ੀਨ ਰੱਖਦੀ ਹੁੰਦੀ ਸੀ ਤੇ ਗੇਟ ਖੋਲ ਕੇ ਬਹਿ ਜਾਂਦੀ ਹੁੰਦੀ ਸੀ ਸਿੱਧੀ ਧੁੱਪ ਵੀ ਅੰਦਰ ਆਉਂਦੀ ਹੁੰਦੀ ਸੀਗੀ ਤੇ ਜਿੰਨੇ ਆ ਕੇ ਬਹਿਣਾ ਹੁੰਦਾ ਸੀ ਇੱਥੇ ਬਹਿ ਜਾਂਦਾ ਹੁੰਦਾ ਸੀ ਪਰ ਹੁਣ ਗਰਮੀ ਆ ਧੁੱਪ ਬਹੁਤ ਜ਼ਿਆਦਾ ਆਉਂਦੀ ਦੇਖੋ ਜੇ ਮੈਂ ਤੁਹਾਨੂੰ ਗੇਟ ਖੋਲ ਕੇ ਦਿ ਹੋ ਤਾਂ ਜੋ ਲੋ 11:30 ਹੋ ਗਏ ਨੇ ਤਾਂ ਬਹੁਤ ਜ਼ਿਆਦਾ ਧੁੱਪ ਜਿਹੜੀ ਅੰਦਰ ਆਉਂਦੀ ਆ ਸੋ ਮੈਂ ਹੁਣ ਨਹੀਂ ਗੇਟ ਖੋਲ ਕੇ ਨਾ ਬਹਿ ਸਕਦੀ ਗੇਟ ਨੂੰ ਅਸੀਂ ਲਗਾ ਦਿੰਨੇ ਆ ਤੇ ਆਹ ਕੱਲ ਸਾਰੇ ਮਤਲਬ ਸਾਫ ਸਫਾਈਆਂ ਪੌੜੀਆਂ ਵਗੈਰਾ ਪੌੜੀਆਂ ਤੇ ਗਮਲੇ ਪਏ ਹੋਏ ਸੀ ਤੁਹਾਨੂੰ ਮੈਂ ਪਹਿਲਾਂ ਦਿਖਾਏ ਸੀ ਤੇ ਇਹ ਗਮਲੇ ਚੱਕ ਕੇ ਜਿਹੜੇ ਆ ਹੁਣ ਇੱਥੇ ਰੱਖਦੇ ਤੇ ਇਹਨਾਂ ਤੇ ਬੂਟੇ ਲਵਾ ਤੇ ਇੱਕੋ ਕਾਰਨਰ ਚ ਪਿਆ ਆ ਇਹ ਸਿਲੰਡਰ ਪਰਵਾਣਾ ਆ ਤੇ ਉਹ ਕੂੜਾ ਜਿਹੜਾ ਕੱਲ ਦਾ ਕੱਢਿਆ ਵੇਸਟੇਜ ਉਹ ਰੱਖਿਆ ਤੇ نیچے ਦੀ ਦੇਖੋ ਜੀ ਸੈਟਿੰਗ ਚੇਂਜ ਕਰਤੀ ਤੇ ਮਸ਼ੀਨਾ ਦੋ ਇੱਧਰ ਲਗਾਤੀਆਂ ਤੇ ਇੱਕ ਸਾਹਮਣੇ ਲਗਾਤੀ ਉੱਥੇ ਸਾਹਮਣੇ ਟਾਈਸਨ ਦਾ ਮੰਜਾ ਲਗਾਇਆ ਉੱਥੇ ਪਰ ਪਹਿਲਾਂ ਪੇਟੀ ਹੁੰਦੀ ਸੀ ਪੇਟੀ ਅਸੀਂ ਇਸ ਸਲੋਟ ਲਾਤੀ ਤੇ ਇੱਧਰ ਜਿਹੜੀ ਸ਼ਾਪ ਆ ਬਾਈਕ ਵਗੈਰਾ ਖੜੀ ਹੁੰਦੀ ਆ ਹਨਾ ਤੇ ਐਕਟਿਵਾ ਵਗੈਰਾ ਅਸੀਂ ਖੜੇ ਕਰਦੇ ਆ ਇੱਧਰ ਇੱਧਰ కర్ਟਨ ਵਗੈਰਾ ਲਗਾਤੇ ਕਿ ਇੱਧਰ ਉਹ ਮਤਲਬ ਸੈਪਰੇਟ ਹੋ ਜੇ ਉਧਰ ਜਿੱਦਾਂ ਸ਼ਟਰ ਚੱਕਦੇ ਆ ਫੇ ਸਾਰਾ ਇੱਧਰ ਦਾ ਦੇਖਦਾ ਹੁੰਦਾ ਸੀ ਇੱਥੇ ਥੋੜੀ ਜੀ ਸਿਟਿੰਗ ਲਗਾਤੀ ਆ ਤੇ ਪੇਟੀ ਦੇ ਜਿਹੜੇ ਕੱਪੜੇ ਆਉਂਦੇ ਜਾਂਦੇ ਜਿਹੜੇ ਉਹ ਰੱਖ ਲੇ ਮੈਂ ਐਕਸਟਰਾ ਸਮਾਨ ਇਥੇ ਟਾਈਸਨ ਨੂੰ ਮੈਂ ਸ਼ਾਮ ਨੂੰ ਹੀ ਲੈ ਕੇ ਆਉਣੀ ਹੁੰਨੀ ਕਿਉਂਕਿ ਦਿਨੇ ਜਿਹੜੇ ਆ ਕੋਈ ਨਾ ਕੋਈ ਆਇਆ ਰਹਿੰਦਾ ਫੇ ਸਾਰੇ ਜਿਹੜੇ ਟਾਈਸਨ ਤੋਂ ਡਰਦੇ ਵੀ ਆ ਤੇ ਇੱਧਰ ਆ ਵੀ ਕਿਚਨ ਵੀ ਸਾਫ ਕਰ ਲਈ ਕਿਚਨ ਤੇ ਮੈਂ ਬਣਾਇਆ ਹੋਇਆ ਆਪਣਾ ਕਾਊਂਟਰ ਇੱਥੇ ਮੈਂ ਕੱਪੜੇ ਪ੍ਰੈਸ ਕਰਦੀ ਆ ਕਟਿੰਗ ਵਗੈਰਾ ਕਰਦੀ ਆ ਤੇ ਆਹ ਕੱਲ ਦੇ ਕੱਪੜੇ ਕੱਟ ਕੇ ਰੱਖੇ ਮੈਨੂੰ ਸ਼ਾਮੀ ਥੋੜਾ ਟਾਈਮ ਲੱਗਾ ਸੀ ਇੱਧਰ ਆ ਡਰਾਅਰਸ ਆ ਇਹਦੇ ਵਿੱਚ ਮੈਂ ਸਾਰੀਆਂ ਲੈਸਾਂ ਵਗੈਰਾ ਰੱਖੀਆਂ ਨਾ ਜੋ ਜੋ ਚਾਹੀਦਾ ਹੁੰਦਾ ਆ ਤੇ ਇਧਰੋ ਸਾਰੀ ਖਾਲੀ ਐ ਇੱਥੇ ਮੇਬੀ ਮੈਂ ਟੇਬਲ ਬਣਾ ਦਿੱਤਾ ਉਹਦੇ ਵੇ ਤੇ ਆਹ ਵਾਲਾ ਸੀ ਵਾਸ਼ਰੂਮ ਏ ਅਸੀਂ ਕੱਲ ਜਿਹੜਾ ਸਾਫ ਕੀਤਾ ਸਾਰਾ ਤੇ ਉਹ ਦੇਖੋ ਸਮਾਨ ਜਿਹੜਾ ਸਾਰਾ ਡੱਬਿਆਂ ਦੇ ਵਿੱਚ ਮਤਲਬ ਫੋਕਸ ਨਹੀਂ ਕਰਦਾ ਪਿਆ ਉਹ ਸਾਰਾ ਪੇਟ ਵਾਲੇ ਡੱਬੇ ਵਗੈਰਾ ਸਾਰੇ ਜਿਹੜੇ ਕੀਤੇ ਤੇ ਜਿਹੜਾ ਬਿਲਕੁਲ ਵਾਸ਼ਰੂਮ ਸਾਫ ਹੋ ਗਿਆ ਆ ਬਤੀ ਜਗ੍ਹਾ ਮੈਂ ਫੇਰ ਦੇਖੂਗਾ ਦੇਖੋ ਇਹ ਨਾ ਚਮਕਾਇਆ ਨਾ ਫਰਸ਼ ਤੇ ਸੀਮੈਂਟ ਵਗੈਰਾ ਪਿਆ ਆ ਇਹ ਧੋਣ ਤੇ ਵੀ ਨਹੀਂ ਗਿਆ ਪਰ ਹੌਲੀ ਹੌਲੀ ਚਲ ਜੂਗਾ ਚਲੋ ਪਰ ਕਾਫੀ ਜਿਹੜਾ ਸਾਫ ਹੋ ਗਿਆ ਨੀਚੇ ਵੀ ਹੁਣ ਇਹ ਵੀ ਆ ਕੋਈ ਗੈਸਟ ਵਗੈਰਾ ਆਵੇ ਬੰਦਾ ਜਿਹੜਾ ਆ ਇਸ ਵਾਸ਼ਰੂਮ ਚ ਭੇਜ ਸਕਦਾ ਕਿਉਂਕਿ ਫੇ ਛੱਤ ਤੇ ਇੱਕ ਹੀ ਵਾਸ਼ਰੂਮ ਰਹਿ ਜਾਂਦਾ ਤੇ ਇੱਥੇ ਇਦਾਂ ਹੋ ਗਈ ਉਹ ਮੇਰੀ ਇਲੈਕਟ੍ਰੋਨਿਕ ਮਸ਼ੀਨ ਆ ਉਹ ਮੈਂ ਜਿੱਦਾਂ ਜ਼ਿਆਦਾ ਕਢਾਈ ਵਗੈਰਾ ਜਾਂ ਕਰਨੀ ਹੋਵੇ ਜਾਂ ਪੌਂਚ ਕਢਾਈ ਵਾਲੇ ਕਿਸੇ ਦੇ ਬਣਾਉਣੇ ਹੋਣ ਫੇ ਯੂਜ਼ ਕਰਦੀ ਆ ਤੇ ਦੇਖੋ ਇਦਾਂ ਹੁਣ ਜਿਹੜਾ ਆ ਖੁੱਲਾ-ਖੁੱਲਾ ਜ਼ਿਆਦਾ ਲੱਗਣ ਲੱਪਿਆ ਪਹਿਲਾਂ ਜਿਹੜਾ ਇੱਥੇ ਪੇਟੀ ਸੀ ਇੱਥੇ ਪੇਟੀ ਹੋਣ ਕਰਕੇ ਇਧਰ ਨੂੰ ਜਗ੍ਹਾ ਕਾਫੀ ਘਟ ਜਾਂਦੀ ਹੁੰਦੀ ਸੀ ਤੇ ਮੈਨੂੰ ਕਟਿੰਗ ਗੰਚ ਵੀ ਔਖਾ ਹੁੰਦਾ ਸੀ ਤੇ ਇਧਰੋਂ ਸਾਰਾ ਖੁੱਲਾ-ਖੁੱਲਾ ਰਹਿੰਦਾ ਸੀ ਤੇ ਫੇ ਜਿਹੜਾ-ਜਿਹੜਾ ਆਉਂਦਾ ਸੀ ਨਾ ਪਰਦੇ ਪਿੱਛੇ ਕਰਕੇ ਉਧਰ ਨੂੰ ਚਲਾ ਜਾਂਦਾ ਸੀ ਦੇਖਾ ਲਾ ਪੈਂਦਾ ਸੀ ਫੇ ਤੁਹਾਨੂੰ ਪਤਾ ਥੋੜੀ ਜਿਹੀ ਪ੍ਰਾਈਵੇਸੀ ਨਹੀਂ ਰਹਿੰਦੀ ਫੇ ਗੁੱਸਾ ਜਾਂਦਾ ਤਾਂ ਮੈਂ ਇੱਥੇ ਚੇਅਰ ਲਗਾਤੀਆਂ ਤਾਂ ਕਿ ਜਿਹੜਾ ਇਧਰੋਂ ਕੋਈ ਉਧਰ ਨੂੰ ਜਾ ਨਾ ਸਕੇ ਤੇ ਜਦੋਂ ਸਾਨੂੰ ਲੋੜ ਹੋਊਗੀ ਜਾਣ ਦੀ ਤੇ ਅਸੀਂ ਚੇਅਰ ਪਿੱਛੇ ਕਰਕੇ ਚੱਲ ਜਾਵਾਂਗੇ ਤੇ ਆ ਮੈਂ ਕੱਲ ਸੀਲੇਆ ਸੂਟ ਇਹਦੀ ਮੈਂ ਵੀਡੀਓ ਚਾੜੀ ਦੂਸਰੇ ਚੈਨਲ ਤੇ ਤੇ ਆ ਜਿਹੜੇ ਆ 2 ਤੇ 9 ਪਏ ਆ ਇਹ ਅੱਜ ਕਟਿੰਗ ਕਰਮ ਜਿਹੜਾ ਆ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿੰਨਾ ਮਰਜ਼ੀ ਕੰਮ ਕਰ ਲਓ ਮੁੱਕਦਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਕੰਮ ਕਿਉਂ ਨਹੀਂ ਮੁੱਕਦਾ ਹਨ ਤੇ ਚਲੋ ਜੀ ਹੁਣ ਮੈਂ ਕਟਿੰਗ ਕਰਦੀ ਆ ਤੇ ਕਟਿੰਗ ਕਰਨ ਨੂੰ ਸੂਟ ਜਿੰਨਾ ਟਾਈਮ ਲੱਗੂਗਾ ਉਹ ਲੱਗੂਗਾ ਤੇ ਉਸ ਤੋਂ ਬਾਅਦ ਜਿਹੜਾ ਆ ਫਿਰ ਮੈਂ ਫਿਰ ਉਸ ਤੋਂ ਬਾਅਦ ਜਿਹੜਾ ਆ ਵਲੌਗ ਕੰਟੀਨਿਊ ਕਰੂੰਗੀ ਕਿਉਂਕਿ ਹੁਣ ਤਾਂ ਮੈਨੂੰ ਲੱਗਦਾ ਨਹੀਂ ਕਿ ਮੇਰਾ ਟਾਈਮ ਲੱਗੇ ਤੇ 11:30 ਹੋ ਗਏ ਆ ਤੇ 12 ਵਜੇ ਤੱਕ ਜਿਹੜੇ ਸਾਰੇ ਜਾਣੇ ਆਣੇ ਜਾਣੇ ਸ਼ੁਰੂ ਹੋ ਜਾਂਦੇ ਹੁੰਦੇ ਆ ਅੱਜ ਮੈਂ ਉਧਰ 11 ਵਜੇ نیچے ਆ ਕੇ ਮੈਂ ਸਲਾਈ ਕਰ ਲੈਣੀ ਹੁੰਨੀ ਸ਼ੁਰੂ ਕਿਉਂਕਿ ਜਦੋਂ ਕੋਈ ਆਣਾ ਜਾਣਾ ਸ਼ੁਰੂ ਹੋ ਜਾਏ ਫੇਰ ਸਲਾਈ ਥੋੜੀ ਘੱਟ ਵੱਧੀ ਹੁੰਦੀ ਜਿਉਂ ਕਿਸੇ ਦਾ ਸੂਟ ਚੈੱਕ ਕਰਨਾ ਕਿਸੇ ਦਾ ਨਾਪ ਲੈਣਾ ਹਨਾ ਕਿਸੇ ਦਾ ਮਤਲਬ ਕਿੱਦਾਂ ਕਿੱਦਾਂ ਕਰਨਾ ਸਾਰਾ ਕਰਨਾ ਪੈਂਦਾ ਸੋ ਤਾਂ ਕਰਕੇ ਮੈਂ ਪਹਿਲਾਂ ਹੀ ਸੀ ਲੈਣੀ ਹੁੰਨੀ ਕਿਸੇ ਦੇ ਆਉਣ ਤੋਂ ਤੇ ਚਲੋ ਮੈਂ ਸੀਨਾ ਤੇ ਅੱਜ ਮੈਂ ਪਾਇਆ ਆਪਣਾ ਵਿਆਹ ਵਾਲਾ ਸੂਟ ਵੈਸੇ ਹੀ ਪਏ ਹੋਏ ਸੀ ਸੂਟ ਤੇ ਪੁਰਾਣੇ ਜ਼ਮਾਨੇ ਦੇ ਹੋ ਗਏ ਇਹ ਹੁਣ ਤੇ ਅਸੀਂ ਵੀ ਮੋਟੇ ਹੋ ਗਏ ਪਰ ਸੂਟ ਹਜੇ ਆਈ ਫਸਾਈ ਜੰਨੇ ਅਸੀਂ ਆਈ ਕੀ ਜਾਂਦੇ ਫਸਾਈ ਜੰਨੇ ਤੇ ਆ ਤਿੰਨ ਹੋ ਗਏਗਾ ਤਿੰਨ ਨਹੀਂ ਤੇ ਅੱਜ ਮੈਂ ਥੋੜਾ ਜਿਹਾ ਤਿਆਰਸ਼ਾ ਰੋ ਕੇ ਆਇਆ ਕਿਉਂਕਿ ਸੋਹਣਾ ਬੱਚਾ ਵੀ ਬਨਣਾ ਚਾਹੀਦਾ ਕਦੀ ਕਦੀ ਚਲੋ ਆਪ ਹੀ ਖੁਸ਼ ਹੋ ਜਾਓ ਸੋਹਣੇ ਬਣ ਬੁਣ ਕੇ ਕਿਉਂਕਿ ਸੈਂਤਰੀਸਤਾ ਕਰਨੀ ਨਹੀਂ ਹੁੰਦੀ ਕਿਸੇ ਨੇ ਕੀ ਕਰਨੀ ਕੱਲੀ ਮੈਂ ਰਹਿਣੀ ਆ ਇਹਨਾਂ ਟਾਈਸਨ ਨੂੰ ਹੁਣ ਖਵਾ ਪਲਾ ਦਿੱਤਾ ਘੁਮਾ ਦਿੱਤਾ ਤੇ ਉਹ ਹੁਣ ਸੌਂ ਜਾਊਗਾ ਉੱਪਰ ਆਪਣਾ ਜਿ ਘੁੰਮਦਾ ਰਹੂਗਾ ਜੋ ਵੀ ਉਹਨੇ ਕਰਨਾ ਹੋਊਗਾ ਕਰਿਆ ਕਰਦਾ ਰਹੂਗਾ ਬੈਠਾ ਉਹ ਸੁੱਤਾ ਆ ਮੇਬੀ ਸੌ ਕਿਉਂਕਿ ਹੁਣ ਉਹਨੇ ਸੌਂ ਜਾਣਾ ਤੇ ਉਹਨੇ 2:30 ਵਜੇ ਉੱਠਣਾ ਆ ਤਾਂ ਤੱਕ ਮੇਰਾ ਨੀਚੇ ਦਾ ਸਲਾਈ ਦਾ ਹੋ ਜਾਣਾ ਕਿਉਂਕਿ ਨੀਚੇ ਮੈਂ ਉਹਨੂੰ ਲਿਆ ਨਹੀਂ ਸਕਦੀ ਕਿਉਂਕਿ ਸਾਡੇ ਲਈ ਤਾਂ ਉਹ ਬੱਚਾ ਆ ਹਨਾ ਅਸੀਂ ਉਹਨੂੰ ਬੱਚਿਆਂ ਵਾਂਗੂ ਰੱਖੀਦਾ ਅਸੀਂ ਉਹਨੂੰ ਕਿਸੇ ਚੀਜ਼ ਤੋਂ ਨਾ ਰੋਕ ਟੋਕ ਕਰੀ ਦੀਆ ਜਿੱਦਾਂ ਮਰਜੀ ਬਿਸਤਰਿਆਂ ਤੇ ਰਹਿੰਦਾ ਕਿਉਂਕਿ ਅਸੀਂ ਉਹਨੂੰ ਸਾਫ਼ ਸੁਥਰਾ ਢੱਕੀਦਾ ਜਿਨੀ ਵਾਰੋਂ ਬਾਹਰ ਜਾਂਦਾ 19 ਵਾਰ ਅਸੀਂ ਉਹਦੇ ਪੈਰ ਧੋਈਦਾ ਨਾ ਮੂੰਹ ਵਗੈਰਾ ਧੋਈਦਾ ਚੰਗੀ ਤਰ੍ਹਾਂ ਸ਼ੈਂਪੂ ਨਾਲ ਪੈਰ ਧੋਗੇ ਉਹਨੂੰ ਅੰਦਰ ਬਾੜੀ ਦਾ ਤਾਂ ਕਿ ਬਾਹਰੋਂ ਪਤਾ ਨਹੀਂ ਹੁੰਦਾ ਕਿਦਾਂ ਕਿਦਾਂ ਦੇ ਹਨਾ ਮਿੱਟੀ ਚੋਂ ਪੈਰ ਲਵੇੜ ਕੇ ਆਉਂਦਾ ਆ ਸੋ ਉਹਨੂੰ ਪਹਿਲਾਂ ਹੀ ਅਸੀਂ ਬਾਹਰ ਧੋਈਦਾ ਫੇਰ ਉੱਪਰ ਛਾਤੇ ਲੈ ਕੇ ਜਾਈਦਾ ਤੇ ਉਹ ਇਦਾਂ ਹੀ ਬਿਸਤਰਿਆਂ 'ਚ ਰਹਿੰਦਾ ਨਾ ਆਂਦਾ ਵੀ ਉਹ ਇੱਕ ਦਿਨ ਛੱਡ ਕੇ ਨਾ ਮੂੰਹ ਵੀ ਉਹਦਾ ਰੋਜ਼ ਧੋ ਕੇ ਮੈਂ ਉਹਦੇ ਕੱਪੜੇ ਚੇਂਜ ਕਰ ਦਿੰਦੀ ਆ ਹੁਣ ਤਾਂ ਚਲੋ ਗਰਮੀ ਆ ਗਈ ਆ ਹੁਣ ਉਹਨੇ ਕੱਪੜੇ ਪਾਣੇ ਬੰਦ ਕਰ ਦੇਣੇ ਆ ਮਤਲਬ ਹੁੱਡ ਵਗੈਰਾ ਜਿਹੜੇ ਤੇ ਨਾ ਮਤਲਬ ਬਿਲਕੁਲ ਵੀ ਉਹ ਗੰਦਾ ਨਹੀਂ ਹੈਗਾ ਨਾ ਉਹਨੇ ਫਰਸ਼ ਤੇ ਬੈਠਣਾ ਆ ਮਤਲਬ ਗੰਦਾ ਜੇ ਜਿੱਥੇ ਉਹਨੂੰ ਪਤਾ ਚੱਲ ਗਿਆ ਨਾ ਜਮੀਨ ਗੰਦੀ ਉਹਨੇ ਉੱਥੇ ਤਾਂ ਬੈਠਣਾ ਹੀ ਨਹੀਂ ਹੈਗਾ ਛੱਤ ਤੇ ਵੀ ਜੇ ਅਸੀਂ ਉਹਨੂੰ ਲੈ ਕੇ ਜਾਈਏ ਤਾਂ ਉਹਨੇ ਮੰਜੇ ਤੇ ਹੀ ਬੈਠਣਾ ਨਹੀਂ ਤਾਂ ਉਸ ਤਰ੍ਹਾਂ ਨਹੀਂ ਬੈਣਾ ਤੇ ਚਲੋ ਹੁਣ ਮੈਂ ਕੰਮ ਸ਼ੁਰੂ ਕਰ ਲਮਾਣਾ ਮੈਂ ਬਹੁਤ ਲੈਕਚਰ ਦੇ ਤੇ ਬਾਰੋ ਕੋਈ ਜਾਂਦਾ ਪਿਆ ਸੀ ਮੈਂ ਤਾਂ ਕਰਕੇ ਚੁੱਪ ਹੋ ਗਈ ਸੀ ਤੇ ਕਿ ਜੇ ਕੋਈ ਸੋਨੇ ਕਹਿਣਾ ਬੇਫਕੂ ਫੰਗ ਬੋਲੀ ਜਾਂਦੀ ਪਰ ਕਿਸੇ ਨੂੰ ਕੀ ਪਤਾ ਮੈਂ ਕਿਉਂ ਬੋਲਦੀ ਆ ਸੋ ਤਾਂ ਕਰਕੇ ਮਤਲਬ ਸਾਡੇ ਲਈ ਮੈਂ ਕਹਿੰਦੀ ਸੀ ਵੀ ਸਾਡੇ ਲਈ ਉਹ ਸਾਡਾ ਨਿਆਣਾ ਹਨਾ ਪਰ ਦੁਨੀਆ ਨੂੰ ਅਸੀਂ ਸਮਝਾ ਨਹੀਂ ਸਕਦੇ ਦੁਨੀਆ ਉਹਨੂੰ ਜੀਵ ਲੈ ਕੇ ਤੁਰਦੀ ਹੈ ਉਹਨੂੰ ਮਤਲਬ ਜਾਨਵਰ ਹੀ ਸਮਝਦੀ ਹੈ ਨਾ ਕੁੱਤਾ ਹੀ ਸਮਝਦੇ ਸਾਰੇ ਕਹੋ ਕੁੱਤਾ ਹੈ ਕੁੱਤਾ ਹੋ ਪਰ ਸਾਡੇ ਦਿਲ ਨੂੰ ਜੀਵ ਜਿਹਾ ਹੁੰਦਾ ਜਦੋਂ ਕੋਈ ਕੁੱਤਾ ਹੁੰਦਾ ਕਹਿੰਦਾ ਉਹਨੂੰ ਤੇ ਮੈਂ ਨਾ ਤਾਂ ਇਹਨੂੰ نیچے ਨਹੀਂ ਲੈ ਕੇ ਆਉਂਦੀ ਐਵੇਂ ਕੋਈ ਕੋਈ ਫालतू ਕਊਗਾ ਕੋਈ ਉਹਨੂੰ ਡਰੋਨ ਲਈ ਮਾਰੂਗਾ ਸੋ ਕੋਈ ਫਾਇਦਾ ਨਹੀਂ ਹਨਾ ਬੱਚਾ ਆਪਣਾ ਆਰਾਮ ਨਾਲ ਉੱਪਰ ਖੁੱਲਾ ਆ ਇੱਕ ਬੈੱਡ ਤੇ ਬੈਠੇ ਦੂਜੇ ਤੇ ਬੈਠੇ ਪਾਣੀ ਉਹਦਾ ਭਰਤਾ ਆ ਖਲੋਣੇ ਉਹਦੇ ਟੋਕਰੀ ਭਰੀ ਪਈ ਆ ਜਿਹੜੇ ਖਲੋਣੇ ਨਾਲ ਖੇਲਣਾ ਖੇਲ ਲਵੇ ਸੌਣਾ ਸੌਂ ਜਾਵੇ ਆਪਣਾ ਮਸਤੀ ਉੱਪਰ ਮਾਰੀ ਜਾਊਗਾ ਨਾ ਕਿਸੇ ਦੀ ਹੈ ਹੈ ਨਾ ਕਹਿਗਾ ਸੋ ਕਿਸੇ ਤੋਂ ਲੜਾਈ ਮੋਲ ਲੈਣ ਨਾਲੋਂ ਵਧੀਆ ਆ ਪੀਰੋ ਤੇ ਥੋੜੀ ਜੀ ਮੈਂ ਹੁਣ ਟਾਈਮਿੰਗ ਵੀ ਸੈੱਟ ਕਰ ਲਈ ਆ ਕਿਉਂਕਿ ਮੈਂ ਜਿਹੜਾ ਆ ਸਾਰਿਆਂ ਨੂੰ ਟਾਈਮ ਦੇਤਾ ਕਿਨੇ ਤੋਂ ਇੰਨੇ ਵਜੇ ਤੱਕ ਆਉਣਾ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਜਿਹੜਾ ਕਿਸੇ ਨੂੰ ਨਹੀਂ ਬੁਲਾਉਂਦੀ ਹੈਗੀ ਕਿਉਂਕਿ ਜਦੋਂ ਫੇਰ ਟਾਈਮ ਇੱਕ ਸੈੱਰ ਰੱਖਿਆ ਹੋਵੇ ਨਾ ਫੇ ਉਹਦੇ ਵਿੱਚ ਵਿੱਚ ਜਿਹੜੇ ਆ ਗਾਹਕ ਆਉਂਦੇ ਆ ਤੇ ਫੇ ਨਾ ਕੋਈ ਪਹਿਲਾ ਆਉਂਦਾ ਨਾ ਕੋਈ ਬਾਅਦ ਜਾਂਦਾ ਫੇ ਉਹਨੇ ਟਾਈਮ ਟਾਈਕਸਨ ਖੁੱਲਾ ਰਹਿੰਦਾ ਆ نیچے ਵੀ ਮਤਲਬ نیچے ਉੱਪਰ ਘੁੰਮਦਾ ਰਹਿੰਦਾ ਨਹੀਂ ਤਾਂ ਜਿਹੜਾ ਫੇ ਉਹ ਗਵਲੇ ਪੋਰਸ਼ਨ ਜੀ ਰਹਿੰਦਾ ਤੇ ਬਾਹਰੋਂ ਮੈਂ ਜਾਲੀ ਵਾਲਾ ਜਿਹੜਾ ਦਰਵਾਜ਼ਾ ਹੁੰਦਾ ਉਹਦੀ ਕੁੰਡੀ ਲਗਾ ਦੇਣੀ ਹੁੰਨੀ ਕਿ ਉਹ ਘੁੰਮੀ ਜਾਵੇ ਤੇ ਜਲੀ ਵਾਲੇ ਦਰਵਾਜ਼ੇ 'ਚ ਉਹਨੂੰ ਫਿਰ نیچے ਵੀ ਦਿਖਦਾ ਰਹਿੰਦਾ ਕਿ ਮੈਂ نیچے ਹੀ ਆ। ਸੋ ਹੱਲਾ ਵੀ ਨਹੀਂ ਮਚਾਉਂਦਾ ਨਹੀਂ ਤਾਂ ਉਹ ਮੇਰੇ ਬਿਨਾ ਰਹਿੰਦਾ ਨਹੀਂ ਹੈਗਾ। ਤੇ ਚਲੋ ਹੁਣ ਕੰਮ ਕਰ ਲਈਏ ਬਹੁਤ ਲੈਕਚਰ ਦੇ ਦਿੱਤਾ ਮੈਂ। ਅਸੀਂ ਕਿਸੇ ਦੇ ਦਿਮਾਗ 'ਚ ਗੱਲ ਪਾ ਨਹੀਂ ਸਕਦੇ। ਜਿਹੜਾ ਜਿਹੜਾ ਮਤਲਬ ਜਿਹੜਾ ਜੋ ਹੁੰਦਾ ਜਿਹਦਾ ਜਿੰਨੀ ਸੋਚਣੀ ਹੁੰਦੀ ਉਹ ਉੰਨਾ ਕੀ ਸੋਚਦਾ। ਜਿਹਨੇ ਉਹਨੂੰ ਜਾਨਵਰ ਸਮਝਣਾ ਉਹਨੇ ਜਾਨਵਰ ਸਮਝਣਾ ਜਿਹਨੂੰ ਦੀਦਾ ਵੀ ਅਸੀਂ ਕਿਸ ਤਰ੍ਹਾਂ ਬੱਚਿਆਂ ਤਰ੍ਹਾਂ ਰੱਖਿਆ ਉਹਨੇ ਉਹਨੂੰ ਸਾਡਾ ਬੱਚਾ ਹੀ ਸਮਝਣਾ। ਤੇ ਉਹਨੇ ਟਰੀਟ ਵੀ ਉਸ ਤਰ੍ਹਾਂ ਹੀ ਕਰਨਾ ਤੇ ਬਾਕੀ ਮੈਂ ਕਈ ਜਗ੍ਹਾ ਦੇਖਿਆ ਕਿ ਜਾਨਵਰਾਂ ਨੂੰ ਬਹੁਤ ਬੁਰੀ ਤਰ੍ਹਾਂ ਰੱਖਦੇ ਆ 24 ਘੰਟੇ ਬੰਨ ਕੇ ਰੱਖਦੇ ਆ ਪਰ ਜੀਵ ਨੂੰ ਜੇ ਅਸੀਂ ਬੰਨ ਕੇ ਹੀ ਰੱਖਿਆ ਫੇਰ ਫਾਇਦਾ ਹੀ ਕੀ ਜੇ ਸਾਨੂੰ ਕੋਈ ਬੰਨ ਕੇ ਰੱਖੇ ਸਾਨੂੰ ਕਿੰਨਾ ਬੁਰਾ ਲੱਗੂ ਹਨਾ ਸੋ ਮੈਂ ਤਾਂ ਇਹੀ ਆ ਕਿ ਮਤਲਬ ਜਿਸ ਤਰ੍ਹਾਂ ਅਸੀਂ ਜ਼ਿੰਦਗੀ ਜੀਨੇ ਆ ਉਸ ਤਰ੍ਹਾਂ ਜੀਵ ਨੂੰ ਵੀ ਜ਼ਿੰਦਗੀ ਜੀਣ ਦੇਣੀ ਚਾਹੀਦੀ ਆ ਤੇ ਹਰ ਮਤਲਬ ਉਹਦੇ ਵੀ ਚਾਹ ਲਾੜਕਾ ਨੇ ਚਾਹੀਦੇ ਜਿਸ ਤਰ੍ਹਾਂ ਅਸੀਂ ਆਪਣੇ ਨਿਆਣਿਆਂ ਦੇ ਕਰਦੇ ਆ ਕਿਉਂਕਿ ਜਿੰਨਾ ਉਹ ਸਾਨੂੰ ਪਿਆਰ ਦਿੰਦੇ ਆ ਉਹਨਾਂ ਸਾਨੂੰ ਕੋਈ ਪਿਆਰ ਨਹੀਂ ਦੇ ਸਕਦਾ ਸਾਡੇ ਮਤਲਬ ਆਪਣੇ ਵੀ ਸਾਨੂੰ ਇੰਨਾ ਪਿਆਰ ਨਹੀਂ ਦੇ ਸਕਦੇ ਜਿੰਨਾ ਸਾਨੂੰ ਉਹ ਪਿਆਰ ਦਿੰਦੇ ਆ ਹਨਾ ਚਲੋ ਜੀ ਗੱਲਾਂ ਬਾਤਾਂ ਕਰਦੇ ਆ ਇੱਥੇ ਹੀ ਐਂਡ ਤੇ ਮੈਂ ਤੁਹਾਨੂੰ ਮਿਲਦੀ ਆ ਬਾਅਦ ਚੋਂ ਪਹਿਲਾਂ ਮੈਂ ਕਰ ਲਵਾਂ ਕਟਿੰਗ ਸ਼ਟਿੰਗ ਸੂਟਾਂ ਦੀ ਜੂਪਰੀਆ ਸੀ ਤਾਂ ਮੈਂ ਇਹ ਵੀ ਵੀਡੀਓ ਕਲਿੱਪ ਕਿ ਸ਼ੂਟ ਕੀਤੀ ਹੈ ਤੇ ਲੋ ਜੀ ਅੱਜ ਦਾ ਵਲੌਗ ਇੰਨੇ ਹੀ ਮਿਲਦੇ ਆ ਤੁਹਾਨੂੰ ਇੱਕ ਨਵੇਂ ਵੀਡੀਓ ਦੇ ਨਾਲ ਬਾਪਾ ਬਾਏ